अस्सलाम वालेकुम दोस्तों, तुसी वेख रहे हो एतमाद टीवी ते मैं तुहाडा दोस्त मोहम्मद आसिफ। दोस्तों तुहाडे वास्ते बहुत ही खूबसूरत मझ लैके आया दूसरे सूए दी। दोस्तों मझ वेखण तों पहले करो साडे चैनल नूं सबसक्राइब ते बैल आइकन दा बटन जरूर प्रेस करो ताकि साडी हर आवण वाली वीडियो तुहाडे तक पहुँच सके। दोस्तों मेरी तबीयत काफ़ी खराब है, बुखार भी है ते गला खराब है ते बाकी तुहाडे कोल जिहड़ी डिस्कस मझ मंजूर करदे ने ते चाचे होरां नाल गल करदे ने मझ विखा के ते बस दस दिंदे ने जिहड़ा इहदा की है। अस्सलाम वालेकुम दोस्तों, सब तो पहले तो साढ़े होस्ट वास्ते दुआ करो अल्लाह पाक इन्हों सेहत तंदुरुस्ती देवे। काफ़ी इन्हों की तबीयत खराब है, फिर भी ये तुहाडे दोस्तों की मजबूरी समझ लो, शौक समझ लो, तुहाडा तावा समझ लो, ये फिर भी तबीयत खराब होने के बावजूद असं आए हैं इन्हों मझ वेखण आए। अगर असं तुम्हें मझ विखाने साडे चैनल में भाई आसिफ ने कहा सबसक्राइब करो तो बैल आइकन का बटन जरूर प्रेस करो ताकि साड़ी हर आने वाली वीडियो तुहाडे तक पहुँच सके। दोस्तों मझ वेखो तो फिर आप मालिक नाल गल करो। हाजी मनशा चाचे का नाम है, गढ़ फतेह शाह तहसील तांदलियां वाला जिला फैसलाबाद जिथे मज खलोती है। अच्छा चाचा मज कितने सुबह थोड़ा जा अगे हो जाओ था दूजे मर चाचा लगते ही नहीं दूजे मैं तो त्रीए चौथे सुबह लगती है दूजे सुबह की दस रहे चाचा, मैं तो इन्होंने कह रहा कि तीजे सुबह, लेकिन कह रहे चाचा और दूजे सुबह कन्फर्म तसली वाली गल है। अच्छा चाचा दूसरा कदों सुबह है? आज दिन 9 बजे ठीक हो गया, हूँ तकरीबन 3:00 का टाइम हो गया, 9 बजे सूवी है। चाचा पहला बोला तुसा किस टाइम होया? 15 या 20 मिनट कर लो, इन्होंने पहला बोला चोया पहला कितना चाचा बोला? पक्का 10 किलो वाला, 10 किलो केड़े थान चोई ने? चारे थान चोई ने 10 किलो बोला तुसा चोया, थोड़ा थोड़ा चुकाया बच्चे। अच्छा चवां थाना दे विच थोड़ा थोड़ा बच्चे ने चुकाया ते बाकी सारा चो के ते 10 किलो बोला है।
ਕਦੋਂ ਤੇਰਾ ਅੰਦਾਜ਼ਾ ਕੀ ਹੈ ਵੀ ਕਿੰਨਾ ਕੁ ਦੁੱਧ ਕਰ ਜਾ ਸਕੇ ਇਹ ਅਗਲੇ ਸਾਲ ਕਰਦੀ ਨਹੀਂ ਮੇਰੀ ਘਰ ਦੀ ਮਰਜ਼ੀ ਹੈ ਅੱਛਾ ਅੱਛਾ 17-18 ਕਰੇ ਪੱਕੀ ਗੱਲ ਮੁਕੰਮਲ ਚੋਇਆ ਤੁਹਾਡੇ ਆਪ ਦੇ ਘਰ ਦੀ ਇਸ ਗੱਲ ਦੀ ਵੀ ਸ਼ੋਰਟੀ ਹੈ ਵਪਾਰ ਦੀ ਤਾਂ ਨਹੀਂ ਹੈ ਨਹੀਂ ਨਹੀਂ ਵਪਾਰ ਚਾਚਾ ਹੈਟ ਸਾਡੀ ਮਿਹਨਤ ਵੀ ਮੰਨੀ ਤੇ ਵੈਸੇ ਰਿਕਵੈਸਟ ਸੀ ਕਿ ਜਿਹੜੀ ਗੱਲ ਕਰੀ ਨਾ ਸੱਚੀ ਤੇ ਖਰੀ ਕਰੀ ਰਿਜ਼ਕ ਲੈਣਾ ਦੇਣਾ ਕਿਸੇ ਦੋਸਤ ਨੂੰ ਪਸੰਦ ਆਣਾ ਉਹ ਇੱਕ ਅੱਲਾਹ ਪਾਕ ਦੀ ਰਜ਼ਾ ਗੱਲ ਉਹ ਕਰੀ ਸੱਚੀ ਤੇ ਖਰੀ ਠੀਕ ਹੈ ਨਾ ਜਿਹੜੀ ਗੱਲ ਤੇਰੀ ਹੋਵੇ ਉਹਦੇ 'ਚ ਕੋਈ ਫਰਕ ਨਾ ਹੋਵੇ ਕੱਲ੍ਹ ਨੂੰ ਸਾਡੇ ਦੋਸਤ ਆਵੇਣ ਅੱਗੂ ਉਹਨਾਂ ਨੂੰ ਅੱਲਾਹ ਕਰੇ ਪਸੰਦ ਆਵੇ ਲਵਣ ਆਵੇਣ ਅੱਗੂ ਹੋਰ ਚੀਜ਼ ਨਿਕਲੇ ਤੇ ਬੰਦਾ ਉਹਦੇ 'ਚ ਮੁਨਾਸਬ ਨਹੀਂ ਕਰਦਾ ਅੱਛਾ ਘਰ ਦੀ ਤੁਹਾਡੀ ਮੱਝ ਤੇ 10 ਕਿਲੋ ਪੱਕਾ ਦੁੱਧ ਆ 10 ਕਿਲੋ ਬੋਲ ਪਹਿਲਾਂ ਚੋਏ ਤੇ ਤੁਹਾਡੇ ਅੰਦਾਜ਼ੇ ਨਾਲ ਹੁਣ ਕਿੰਨਾ ਦੁੱਧ ਕਰ ਸੀ ਪੱਕਾ ਜਦ ਤੱਕ ਮੈਂ ਓਵਰ ਨਹੀਂ ਜਿਹੜਾ ਕਰਦੀ ਉਸ ਤੋਂ ਵੱਧ ਕਿਲੋ ਘੱਟ ਹੀ ਦੱਸਿਆ ਹੈ ਅੱਛਾ ਸਾਲ ਮੈਂ 17-18 ਕਿਲੋ ਕਰਦੀ ਗਈ ਸਾਲ ਮੈਂ ਵਾਧਾ ਕਰ ਅੱਛਾ ਪਹਿਲੇ ਸੂਏ ਵਿੱਚ 17-18 ਕਿਲੋ ਕਰਦੀ ਰਹੀ ਤੇ ਹੁਣ ਕਿੰਨਾ ਸੀ ਦੱਸਿਓ ਦੋਸਤਾਂ ਨੂੰ ਜਿਹੜਾ ਤੁਹਾਡਾ ਦਿਨ ਚਲੋ ਤੁਸੀਂ 17-18 ਕਿਲੋ ਕਹਿ ਰਹੇ 16 ਕਿਲੋ ਤੁਸੀਂ ਦੁੱਧ ਚੋਈ ਸੋ 20-22 ਕਿਲੋ ਮੱਝ ਕਰੇ ਤਾਂ ਮਾਸ਼ਾਅੱਲਾ ਬੜੀ ਗੱਲ ਹੈ ਅੱਛਾ ਕਿਹੜੀ ਨਸਲ ਦੀ ਕਿਹੜੀ ਰੱਬੀ ਤੁਸੀਂ ਨਸਲ ਦੀ ਗੱਲ ਕੀਤੀ ਜਾ ਕਿਹੜੀ ਨਸਲ ਥੋੜ੍ਹਾ ਜਿਹਾ ਉੱਚਾ ਵੀ ਬੋਲੋ ਚਲੋ ਮੈਂ ਰਿਪੀਟ ਦੋਸਤਾਂ ਨੂੰ ਕਰ ਰਿਹਾ ਰਾਵੀ ਦੀ ਨਸਲ ਦੀ ਹੈ ਇਹ ਰਾਵੀ ਨਸਲ ਦੀ ਜੀ ਮੱਝ ਦੋਸਤ ਕਹਿ ਰਹੇ ਨੇ ਅੱਛਾ ਚਾਚਾ ਚਲੋ ਸਾਰੀਆਂ ਤੁਹਾਡੀਆਂ ਸੁਣ ਲਈਆਂ ਦੁੱਧ ਦੀ ਵੀ ਤੁਸੀਂ ਤਾਰੀਫ ਕਰ ਦਿੱਤੀ ਮੱਝ ਦੀ ਵੀ ਕਰ ਦਿੱਤੀ ਹੁਣ ਸਾਡੇ ਨਾਲ ਥੋੜਾ ਦੋਸਤਾਂ ਨੇ ਵਾਜ਼ਿਆ ਕਰ ਮਾਸ਼ਾਅੱਲਾ ਸੋਹਣੀ ਹੈ ਸਾਡੇ ਦੋਸਤ ਵੀ ਵੇਖ ਰਹੇ ਨੇ ਅੱਗੇ ਵੀ ਵੇਖੀ ਇਹਨੇ ਕਿ ਤੇ ਬਾਕੀ ਸਾਨੂੰ ਵੀ ਪਤਾ ਹੈ ਮਾਸ਼ਾਅੱਲਾ ਠੀਕ ਹੈ ਸੋਹਣੀ ਮੱਝ ਥੋੜੀ ਜਿਹੀ ਵਡੇਰੀ ਲੱਗਦੀ ਪਈ ਹੈ ਨਹੀਂ ਯਾਰ ਦੂਜੇ ਮੱਝ ਥੋੜਾ ਸਿੰਘ ਥੋੜਾ ਉੱਚਾ ਸੀ ਬਾਕੀ ਸਿੰਘ ਥੋੜਾ ਜਾਈ ਸੋ ਗਿਆ ਵਾਕੇ ਉੱਚੇ ਤੇ ਭਾਈ ਸਭ ਕੀ ਕਰ ਰਹੇ ਹੋ ਦੋਸਤਾਂ ਕੀ ਤੇ ਗਾਦੀ ਮੈਂ ਤਾਂ ਵੀ ਆਵਾਜ਼ਾਂ ਕਰ ਚੱਲੋ ਵੀ ਹੁਣ ਤਕਰੀਬਨ 20 ਮਿੰਟ ਹੋਇਆ ਚੁਈ ਹਾਂ 20 ਮਿੰਟ ਦੋਸਤੋ ਸਾਡੇ ਆਵਣ ਤੋਂ ਪਹਿਲੇ 20 ਜਾਂ 25 ਮਿੰਟ ਜਾਂ ਐਂਡ ਅੱਧਾ ਘੰਟਾ ਕਰ ਲਓ ਇਹਨਾਂ ਨੇ ਚੋਈ ਹੈ ਅਸੀਂ ਆਏ ਬੋਲਾ ਇਹਨਾਂ ਨੇ ਚਾਚਾ ਗੱਲ ਇਹ ਹੁਣ ਪਿਆਰ ਮੁਹੱਬਤ ਜਿਹਨਾਂ ਨਾਲ ਤਾਰੀਫਾਂ ਤੁਸੀਂ ਢੇਰ ਕਰ ਛੱਡੀਆਂ ਨੇ ਲੇਕਿਨ ਹੁਣ ਕੈਮਰੇ ਨੂੰ ਵੀ ਹੱਟ ਕੇ ਹਰ ਗੱਲ ਤੁਹਾਡੇ ਕੇ ਤੁਸੀਂ ਉਹ ਗੱਲ ਕਰਨੀ ਜਿਹਦੇ 'ਚ ਲੈਣ ਦੇਣ ਆਪਾਂ ਕਰਨਾ ਇਹਦੀ ਕੀਮਤ ਪੱਕੀ ਮੋਲ ਤੋਂ ਤੁਹਾਡੀ ਚੀਜ਼ ਹੈ ਤੁਸੀਂ ਭਾਵੇਂ ਜਿੰਨਾ ਮਰਜ਼ੀ 4 ਲੱਖ ਦਾ ਦਿਲ ਵੀ ਨਹੀਂ ਵੈਟ ਕਰਦਾ ਜੀ ਆ ਆਪਣੀ ਮਜਬੂਰੀ ਤੋਂ ਕਿਵੇਂ ਸਮਝਦਾ 3 ਲੱਖ ਦੀ ਮਾਈ ਦੀ ਸਾਡ 3 ਲੱਖ 3 ਲੱਖ ਰੁਪਏ ਦੇ ਵਿੱਚ ਚਾਚਾ ਅੱਗੇ ਤੁਹਾਨੂੰ ਪਹਿਲੇ ਵੀ ਇਹ ਥੋੜ੍ਹੀ ਜਿਹੀ ਰਿਕੁਐਸਟ ਕੀਤੀ ਹੈ ਕਿ ਉਹ ਗੱਲ ਕਰਿਆ ਹੈ ਜਿੱਥੇ ਦੋਸਤਾਂ ਦਾ ਵੀ ਦਿਲ ਕਰੇ ਲਵਣ ਨੂੰ ਪਸੰਦ ਵੀ ਆਵੇ ਸ਼ਾਰਟਕਟ ਗੱਲ ਨਾ ਪੁੱਛਦੇ ਨਾ ਜੀ ਆ ਸੱਚੀ ਗੱਲ ਹੈ 3 ਦੀ ਆਵਾਜ਼ ਹੀ ਨਹੀਂ ਚਾਚਾ ਮਾਸ਼ਾਅੱਲਾ ਠੀਕ ਹੈ ਤੇਰੀ ਤੇਰਾ ਮਾਲ ਹੈ ਤੂੰ 3 ਦੀ ਬਜਾਏ 4 ਮੰਗੀ ਰੱਖ ਲੇਕਿਨ ਸਾਡੇ ਸਿਹਤ ਦੇ ਮੁਤਾਬਿਕ ਨਾ ਦੋਸਤਾਂ ਵੀ ਵੇਖੀਏ ਇਤਨੇ ਦੀ ਮੱਝ ਹੈ ਨਹੀਂ ਮੱਝ ਸਿੰਘ ਵੀ ਥੋੜ੍ਹੇ ਜਿਹੇ ਵੱਡੇ ਨੇ ਹੋਰ ਵੇਖ ਲਓ ਉਹ ਤਾਂ ਇਨਸ਼ਾਅੱਲਾ ਉਹ ਤਾਂ ਵੇਖਣੀ ਹੈ ਇਨਸ਼ਾਅੱਲਾ ਉਹ ਹੋਰ ਵੀ ਵੇਖਣੀ ਹੈ ਹੋਰ ਸਾਡਾ ਤਾਂ ਮੁੜ ਦੋਸਤਾਂ ਦੀ ਖਿਦਮਤ ਵਿੱਚ ਕੰਮ ਹੀ ਹੈ ਚੱਡਾ ਨਾ ਲਪਸੀ ਉਮਰ ਨਾ ਲਪਸੀ ਵੱਖੀ ਚੰਗੀ ਦਿੱਲੀ ਕੋੜੀ ਮਾਈ ਕਹਿੰਦੀ ਕੁਛੋਂ ਮਰੀ ਕੇ ਦੀਵਾਨ ਮਾਜੇ ਆਈ ਬਿਲਕੁਲ ਤੁਹਾਡੇ ਦੇਖੀ 8 ਹੈ 3 ਲੱਖ ਵੀ ਸਾਇਆ ਸਾਰਾ ਹੁੰਦਾ ਹੈ 3 ਲੱਖ ਸਾਇਆ ਸਾਰਾ ਹੁੰਦਾ ਹੈ ਕੌਣ ਚਾਚਾ ਗੱਲ ਹੈ ਵੀਡੀਓ ਵੀ ਲੰਮੀ ਹੁੰਦੀ ਵੀ ਗੱਲਾਂ ਸਹਿ ਸਾਰੀਆਂ ਹੋ ਗਈਆਂ ਤੁਸੀਂ ਜੋ ਲਵਣ ਦੇਣ ਵਾਲੀ ਗੱਲ ਨਹੀਂ ਚਾਚਾ ਤੁਹਾਨੂੰ ਇੱਕ ਹੋਰ ਸਜਾ ਕਰੀ ਸਾਡੇ ਦੋਸਤ ਨਾ ਕਾਫੀ ਸਫ਼ਰ ਚ ਹੁੰਦੇ ਨੇ ਕਿਰਾਏ ਉਹਨਾਂ ਭਰਨੇ ਹੁੰਦੇ ਨੇ ਆਪਾਂ ਤਾਂ ਚਲੋ ਬਾਈ ਇੱਕ ਦੂਜੇ ਨਾਲ ਲੈਣ ਦੇਣ ਕਰਨੀ ਹੋਵੇ ਨਾ ਬੰਦਾ 2-4 ਹਜ਼ਾਰ 5 ਹਜ਼ਾਰ 'ਚ ਕਰ ਲੈਂਦਾ ਲੇਕਿਨ ਦੋਸਤਾਂ ਸਫ਼ਰ ਕਰਨਾ ਹੁੰਦਾ ਹੈ ਅਤੇ ਸ਼ੌਕ ਨਾਲ ਲੱਗਣਾ ਦੋਸਤਾਂ ਨੇ ਵਿਖਾਈਆਂ ਸਾਡਾ ਤੁਹਾਡਾ ਤਾਂ ਚਲੋ ਘਰ ਦਾ ਸਾਡਾ ਹੁਣ ਸਾਰਾ ਉਹਦੇ ਵੇਖਣ ਦਾ ਗਾ ਤੇਰੀ ਮਾਂ ਜਿੱਤਨੇ ਦੀ ਨਹੀਂ ਹੈ ਕੋਈ ਉਤਨੇ ਮੰਗ ਜਿੰਨੇ ਬਣਨ ਜੁੜਾ ਨਾਲ ਗੱਲ ਹੋਵੇ
ठीक है दोस्तों, माई तुम्हें विखाई है माशाल्लाह सोहनी मझ है, दूसरे दुए की मझ है। भाई हुरी कह रहे हैं अद्धा घंटा पहले चोई है, अज थोड़े अगे हो जाए अज तो अज सूबी है तकरीबन 9 बजे, हुण 3-4 का टाइम हो गया, 9 बजे सूबी है। तो 10 किलो बोला चोया थले कट्टी है, फल मजीद विखा दिया, पहले जिन तो नहीं रहा, पहले विखाया भी है थोड़ा जहाँ, लेकिन हूँ विखा दो फिर कट्टी है थले चंगी तकड़ी कट्टी, माशाल्लाह सोहनी कट्टी है, तकड़ी कट्टी है कि सोनी कट्टी है माशाल्लाह। 10 किलो बोला भाई ने, 10 किलो दूध लाए गया, 10 किलो दूध जो होया इसे इंदे थलो बोला सिंह थोड़े जे आई सुगे जे बड़े रे, लेकिन वो भी होंदे ना जिस संते जुड़ दे ना। ठीक है दोस्तों, वीडियो काफ़ी लंबी होगी माजरत ये वास्ते, तो मझ माशाला सोहनी है खूबसूरत है, और जिसम से दुध जुड़ता भी है जितना एक भाई दस रहे हैं, बरीक चमड़ी की बरीक पुछली नील काली अखा सी, कोई मझ कमी नहीं, कद चंगा इसको कट्टी थले इसको कट्टी माशाला बड़ी सुबोल है, बटन जरूर प्रेस करो ताकि रोजाना दी आने वाली वीडियो तक बिल्कुल आसानी पहुंच सके। मिलेंगे दोस्तों अगली वीडियो तक, इजाजत दो, खुदा हाफिज़।